ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਨਸੋ ਦੇ ਖਿਲਾਫ ਈਡੀ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ। ਦੋ ਰਿਹਾਇਸ਼ੀ ਪਲਾਟ ਅਟੈਚ ਕੀਤੇ ਗਏ ਨੇ। 4,58,00,000 ਦਾ ਬੈਂਕ ਬੈਲੈਂਸ ਅਤੇ ਮਿਊਚੁਅਲ ਫੰਡ ਵੀ ਜ਼ਬਤ ਕੀਤਾ ਗਿਆ। ਦੱਸਦੇ ਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਪੂਰਾ ਮਾਮਲਾ ਹੈ। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਈਡੀ ਦੇ ਵੱਲੋਂ ਇਹ ਵੱਡਾ ਐਕਸ਼ਨ ਕੀਤਾ ਗਿਆ। ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਉਹਨਾਂ ਦੇ ਪੁੱਤਰਾਂ ਦੀ 4.58 ਕਰੋੜ ਦੀ ਜਾਇਦਾਦ ਅਸਥਾਈ ਤੌਰ ਤੇ ਜ਼ਬਤ ਕਰ ਲਈ। ਜਲੰਧਰ ਈਡੀ ਨੇ 13 ਮਾਰਚ 2024 ਨੂੰ PMLA ਦੀਆਂ ਧਾਰਾਵਾਂ ਤਹਿਤ ਸਾਧੂ ਸਿੰਘ ਧਰਮਸੋਤ ਅਤੇ ਉਹਨਾਂ ਦੇ ਪੁੱਤਰ ਦੀਆਂ 4,58,00,000 ਕਰੋੜ ਦੀਆਂ ਵੱਖ ਵੱਖ ਜਾਇਦਾਦਾਂ ਅਸਥਾਈ ਤੌਰ ਤੇ ਕੁਰਕ ਕੀਤੀਆਂ ਨੇ। ਕੁਰਕੀ ਦੇ ਵਿੱਚ 4 ਅਚਲ ਜਾਇਦਾਦਾਂ ਸ਼ਾਮਲ ਨੇ। ਇਹਨਾਂ ਦੇ ਵਿੱਚ 2 ਰਿਹਾਇਸ਼ੀ ਪਲਾਟ, 1 ਰਿਹਾਇਸ਼ੀ ਮਕਾਨ ਅਤੇ ਪੰਜਾਬ ਦੇ ਵਿੱਚ 1 ਰਿਹਾਇਸ਼ੀ ਫਲੈਟ ਦੇ ਨਾਲ ਨਾਲ ਬੈਂਕ ਬੈਲੈਂਸ ਅਤੇ ਮਿਊਚੁਅਲ ਫੰਡਾਂ ਦੇ ਵਿੱਚ ਨਿਵੇਸ਼ ਸਮੇਤ ਅਚਲ ਅਤੇ ਚਲ ਸੰਪਤੀਆਂ ਸ਼ਾਮਲ ਨੇ। ਈਡੀ ਨੇ ਭ੍ਰਿਸ਼ਟਾਚਾਰ ਰੋਕੂ ਐਕਟ 1988 ਦੇ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਦੁਆਰਾ ਦਰਜ ਕੀਤੀ ਗਈ FIR ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ। ਈਡੀ ਦੀ ਜਾਂਚ ਦੇ ਵਿੱਚ ਪਾਇਆ ਗਿਆ ਕਿ ਧਰਮਸੋਤ ਨੇ ਅਨੁਸੂਚਿਤ ਅਪਰਾਧਾਂ ਦੇ ਸੰਬੰਧ ਵਿੱਚ 6,34,00,000 ਰੁਪਏ ਦੀ ਆਮਦਨ ਤੋਂ ਵੱਧ ਜਾਇਦਾਦ ਹਾਸਲ ਕੀਤੀ ਹੈ। ਤਾਂ ਈਡੀ ਦੇ ਵੱਲੋਂ ਵੱਡਾ ਸ਼ਿਕੰਜਾ ਕਸਿਆ ਗਿਆ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ। ਜਿਸ ਵੇਲੇ ਇਹ ਘਪਲੇ ਹੋਏ ਉਦੋਂ ਸਾਧੂ ਸਿੰਘ ਧਰਮਸੋਤ ਜੰਗਲਾਤ ਵਿਭਾਗ ਦੇ ਮੰਤਰੀ ਸੀ, ਉਹਨਾਂ ਦੇ ਕੋਲ ਜੰਗਲਾਤ ਮੰਤਰਾਲਾ ਸੀ। ਤਾਂ ਹੁਣ ਈਡੀ ਦੇ ਵੱਲੋਂ ਸ਼ਿਕੰਜਾ ਕਸਿਆ ਗਿਆ। 2 ਰਿਹਾਇਸ਼ੀ ਪਲਾਟਾਂ ਨੂੰ ਅਟੈਚ ਕੀਤਾ ਗਿਆ। 4,58,00,000 ਦੀ ਜਾਇਦਾਦ ਅਸਥਾਈ ਤੌਰ ਤੇ ਜ਼ਬਤ ਕੀਤੀ ਗਈ।